ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਖਬਰਾਂ ਦੇ ਤਾਜ਼ਾ ਬੁਲੇਟਨ ਦੇ ਵਿੱਚ ਮੈਂ ਹਰਪੀ ਸਿੰਘ ਮਠਾੜੂ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਤਾਜ਼ਾ ترین ਖਬਰਾਂ ਤੁਹਾਡੇ ਰੂਹ ਰੂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਖਬਰਾਂ ਦਾ ਤਾਜ਼ਾ ਬੁਲੇਟਨ ਤੁਹਾਨੂੰ ਸਮੇਂ ਸਿਰ ਮਿਲਦਾ ਰਹੇ ਪੰਜਾਬ ਦੇ ਸਿਹਤ ਮੰਤਰੀ ਨੇ ਸੂਬੇ ਦੀ ਸਵੈਨ ਫਲੂ ਦੀ ਸਥਿਤੀ ਦਾ ਲਿਆ ਜਾਇਜ਼ਾ ਲੋਕਾਂ ਨੂੰ ਸਵੈਨ ਫਲੂ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ ਮੌਸਮ ਦੇ ਤਬਦੀਲੀ ਕਾਰਨ ਆਉਣ ਵਾਲੇ ਦਿਨਾਂ 'ਚ ਹੋਣ ਵਾਲੀਆਂ ਸਾਹ ਸੰਬੰਧੀ ਬਿਮਾਰੀਆਂ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨੇ ਸੂਬੇ ਵਿੱਚ ਸਥਿਤੀ ਦਾ ਜਾਇਜ਼ਾ ਲਿਆ ਤੇ ਇਹਨਾਂ ਬਿਮਾਰੀਆਂ ਰੋਕਥਾਮ ਤੇ ਕਾਬੂ ਪਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸੂਚੀ ਸੁਝਾਈ। ਉਹਨਾਂ ਨੇ ਰਾਜ ਦੇ ਸਿਹਤ ਵਿਭਾਗ ਨੂੰ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਹੋਰ ਫਲਾਣ ਨੂੰ ਰੋਕਣ ਤੇ ਕੰਟਰੋਲ ਕਰਨ ਲਈ ਇੱਕ ਤਫਸੀਲ ਚੁਦਾ ਐਡਵਾਈਜ਼ਰੀ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਾਰੇ ਸਿਵਲ ਸਰਜਨਾਂ ਨੂੰ ਹਰੇਕ ਹਸਪਤਾਲ ਦੇ ਆਊਟ ਪੇਸ਼ੀਐਂਟ ਵਿਭਾਗ ਵਿੱਚ ਫਲੂ ਕੋਰਨਰ ਸਥਾਪਿਤ ਕਰਨ ਦੇ ਨਾਲ-ਨਾਲ ਇਨ੍ਹਾਂ ਕੋਰਨਰਾਂ ਵਿੱਚ ਸਿੱਖਿਅਤ ਅਤੇ ਤਜਰਬੇਕਾਰ ਪੈਰਾਮੈਡੀਕਲ ਸਟਾਫ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਲੱਛਣਾਂ ਦੀ ਗੰਭੀਰਤਾ ਦੇ ਆਧਾਰ 'ਤੇ ਸੋਜਾਈ ਆਈ ਐਲ ਆਈ ਅਨੁਸਾਰ ਮਰੀਜ਼ਾਂ ਦਾ ਇਲਾਜ ਕਰਨ ਦੇ ਵੀ ਨਿਰਦੇਸ਼ ਦਿੱਤੇ ਅਗਲੀ ਖਬਰ ਲੁਧਿਆਣਾ ਦੀ ਅਦਾਲਤ ਵੱਲੋਂ 6 ਸਾਲ ਪੁਰਾਣੇ ਮਾਮਲੇ 'ਚ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਲੁਧਿਆਣਾ ਦੀ ਅਦਾਲਤ ਨੇ ਤਕਰੀਬਨ 6 ਸਾਲ ਪੁਰਾਣੀ ਕੇਸ ਵਿੱਚ ਕੁੱਲ 15 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਨ੍ਹਾਂ ਵਿੱਚ 5 ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ ਜਦਕਿ ਬਾਕੀ 10 ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਦੇਰ ਰਾਤ ਮੈਡੀਕਲ ਜਾਂਚ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਇਸ ਮੌਕੇ ਸੁਰੱਖਿਆ ਵਿੱਚ ਮੌਜੂਦ ਇੰਸਪੈਕਟਰ ਕੁਲਵੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਜੇਲ ਲਿਜਾਣ ਤੋਂ ਪਹਿਲਾਂ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ ਹੈ। ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ 1 ਅਕਤੂਬਰ 2017 ਨੂੰ ਇੱਕ ਕੇਸ ਵਿੱਚ 15 ਵਿਅਕਤੀਆਂ ਨੂੰ ਆਈਪੀਸੀ ਦੀ ਧਾਰਾ ਤਹਿਤ ਉਮਰ ਕੈਦ ਅਤੇ 20000 ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪਰਮਿੰਦਰ ਸਿੰਘ ਦੀ ਸ਼ਿਕਾਇਤ ਇਹ ਮੌਲਜਮਾ ਖਿਲਾਫ ਥਾਣਾ ਡਾਬਾ ਵਿਖੇ 4 ਅਕਤੂਬਰ 2017 ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਗੁਰਪਾਲ ਨਗਰ ਸਥਿਤ ਆਪਣੀ ਫੈਕਟਰੀ ਵਿੱਚ ਰਹਿੰਦਾ ਸੀ ਇਸ ਦੌਰਾਨ 3 ਅਕਤੂਬਰ 2017 ਨੂੰ ਰਾਤ 10 ਵਜੇ ਦੇ ਕਰੀਬ ਦੂਸ਼ੀ 23 ਤਰ੍ਹਾਂ ਹਥਿਆਰਾਂ ਨਾਲ ਜ਼ਬਰਦਸਤੀ ਉਸ ਦੀ ਫੈਕਟਰੀ ਅੰਦਰ ਆ ਗਏ ਉਸ ਸਮੇਂ ਫੈਕਟਰੀ ਵਿੱਚ ਉਸ ਦਾ ਵੱਡਾ ਭਰਾ ਗੁਰਚਰਨ ਸਿੰਘ ਚਰਨਾ ਛੋਟਾ ਭਰਾ ਗੁਰਪਾਲ ਸਿੰਘ ਉਰਫ ਜੀਤੀ ਤੇ ਹੋਰ ਮਜ਼ਦੂਰ ਸਨ ਮੌਜਮਾਨ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਉਸ ਦੇ ਭਰਾ ਗੁਰਪਾਲ ਸਿੰਘ ਦੇ ਸਿਰ ਅਤੇ ਗਰਦਨ ਤੇ ਥੋੜੇ ਨਾਲ वार ਕੀਤਾ ਗਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਮੌਜਮਾਨ ਉਸ ਦੀ ਫੈਕਟਰੀ ਵੀ ਭੰਨ ਤੋੜ ਕੀਤੀ ਫਰੀਦਕੋਟ ਵਿੱਚ 21 ਸਾਲਾ ਵਿਆਹੁਤਾ ਨਾਲ ਰੇਪ ਫਰੀਦਕੋਟ ਚ ਦੋ ਮੁਲਜ਼ਮਾਂ ਨੇ 21 ਸਾਲਾ ਵਿਆਹੁਤਾ ਔਰਤ ਨੂੰ ਬਾਈਕ ਤੇ ਬੈਸਟੈਂਡ ਤੇ ਲਿਫਟ ਦੇਣ ਬਹਾਨੇ ਬਲਾਤਕਾਰ ਕੀਤਾ ਨਸੋਰੀਆਂ ਤੋਂ ਨਾਰਾਜ਼ ਵਿਆਹੁਤਾ ਰਾਤ 8 ਵਜੇ ਆਪਣੇ ਪੀਕੇ ਘਰ ਲਈ ਰਵਾਨਾ ਹੋਵੇ ਮੌਜਮਾ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਸਨੂੰ ਮਾਰ ਦੇਣਗੇ ਜਿਸ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਪੁਲਿਸ ਨੇ ਵਿਵਤਾ ਦੀ ਸ਼ਿਕਾਇਤ ਤੇ ਦੋਵਾਂ ਮੌਜਮਾ ਖਿਲਾਫ ਕੇਸ ਦਰਜ ਕਰ ਲਿਆ ਪੁਲਿਸ ਨੂੰ ਦਿੱਤੀ ਸ਼ਿਕਾਇਤ ਚਬੀੜ ਤਾਂ ਨੇ ਦੱਸਿਆ ਕਿ 29 ਨਵੰਬਰ ਦੀ ਰਾਤ 8 ਵਜੇ ਉਹ ਪੰਜ ਗ੍ਰੈਂਡ ਬੱਸ ਸਟੈਂਡ ਤੋਂ ਆਪਣੇ ਪੀਕੇ ਘਰ ਜਾਣ ਲਈ ਨਿਕਲੀ ਸੀ ਰਸਤੇ ਵਿੱਚ ਉਸਦੀ ਮੁਲਾਕਾਤ ਲਾਹ ਬਹੀਰਾ ਉਰਫ ਲੱਕੀ ਵਾਸੀ ਪੱਤੀ ਪੰਜ ਗ੍ਰੈਂਡ ਨਾਲ ਹੋਈ ਉਹਨਾਂ ਨੇ ਕਿਹਾ ਕਿ ਉਹ ਉਸਨੂੰ ਪੰਜ ਗ੍ਰੈਂਡ ਬੱਸ ਸਟੈਂਡ ਤੇ ਛੱਡ ਦੇਵੇਗਾ ਉਹ ਵੀ ਉੱਥੇ ਜਾ ਰਿਹਾ ਸੀ ਮੌਜਮ ਨੇ ਉਸ ਨੂੰ ਮੋਟਰਸਾਈਕਲ ਤੇ ਬਿਠਾ ਲਿਆ ਪਰ ਉਹ ਉਸ ਨੂੰ ਬੱਸ ਸਟੈਂਡ ਤੇ ਲੈ ਕੇ ਜਾਣ ਦੀ ਬਜਾਏ ਦੇਵੀ ਵਾਲਾ ਰੋਡ ਤੇ ਇੱਕ ਸ਼ੈਲਰ ਦੇ ਸਾਹਮਣੇ ਮੋਟਰ ਵਾਲੇ ਕਮਰੇ ਵਿੱਚ ਲੈ ਗਏ ਉੱਥੇ ਮੌਜਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਇਸ ਤੋਂ ਬਾਅਦ ਲਾਭ ਨੇ ਆਪਣੇ ਦੋਸਤ ਮੰਤਾਰ ਉਫ ਹੈਪੀ ਨੂੰ ਵੀ ਪੈਂਟ ਤੋਂ ਬੁਲਾ ਲਿਆ ਉਹਨਾਂ ਨੇ ਉੱਥੇ ਆ ਕੇ ਵਿਅਤਾ ਔਰਤ ਨੂੰ ਬੁਲਾਤਕਾਰ ਕੀਤਾ ਇਸ ਤੋਂ ਬਾਅਦ ਮੌਜਮ ਉਸ ਨੂੰ ਛੱਡ ਕੇ ਭੱਜ ਗਏ ਸਦਰ ਥਾਣਾ ਕੋਟਪੂਰਾ ਦੇ ਐਸਆਈ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਰੋਗਤਾ ਸ਼ਿਕਾਇਤ ਦੇ ਅਧਾਰ ਤੇ ਦੋਵਾਂ ਮੁਜਰਮਾਂ ਖਿਲਾਫ ਜ਼ਬਰਜਨਾਸ ਸਮੇਤ ਹੋਰ ਤਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਅਗਲੀ ਖਬਰ ਮੁੱਖ ਮੰਤਰੀ ਮਾਨ ਦਾ ਬਿਗਰਮ ਜੀਠੀਆਂ ਨੂੰ ਖੁੱਲਾ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਨਗਰ ਕੀ ਪਵਨ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯਤੀ ਪੱਤਰ ਵੰਡੇ ਤੇ ਉਹਨਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਉਹਨਾਂ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਵਾਰ ਇੱਕ ਜੈਦਾ ਦੂਜੀ ਵਾਰ ਦੂਸਰਾ ਭਾਰੇ ਸਵਰ ਨਵੀਂ ਸਰਕਾਰ ਆਈ ਹੈ ਪੰਜਾਬ ਸਰਕਾਰ ਦੇ ਰੋਜ਼ਗਾਰ ਮਿਸ਼ਨ ਦੀ ਗੱਲ ਕਰਦੇ ਹੋ ਨਾ ਕਿ ਕਹੇ ਕਿ ਮੁੱਖ ਮੰਤਰੀ ਬੈਠਣ ਵਾਲੇ ਨਹੀਂ ਲੋਕਾਂ ਵਿੱਚ ਘੁੰਮਣ ਵਾਲੇ ਹਨ ਪਿਛਲੇ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਇਰਾਦੇ ਖਾਲੀ ਹਨ ਪੈਸੇ ਵੰਡਣ ਦੀ ਵੀ ਨਹੀਂ ਆਉਂਦੇ ਸਨ ਉਹ ਆਪਣੇ ਰਿਸ਼ਤੇਦਾਰਾਂ ਨੂੰ ਪੈਸੇ ਵੰਡਦੇ ਸੀ ਪੈਸੇ ਉਸਦੇ ਚਾਚੇ ਭਤੀਜੇ ਤੇ ਜੀਜੇ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਗਏ ਵਿਕਰਮ ਮਜੀਠੀਆ ਤੇ ਨਿਸ਼ਾਨਾ ਵੰਦੇ ਆ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤ 'ਚ 1957 ਦੀ ਵੋਟਿੰਗ ਮਗਰੋਂ ਤਕਾਲੀ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਦੀ ਗਵਾਈ ਦੇ ਵਿੱਚ ਇੱਕ ਵਾਫਦ ਅਰਬ ਦੇਸ਼ਾਂ ਦੇ ਦੌਰੇ ਤੇ ਗਿਆ ਅਰਬ ਮੁਲਕ ਦੇ ਇੱਕ ਰਾਜ ਨੇ ਅਰਬੀ ਨਸਲ ਦੇ ਘੋੜੇ ਇਸ ਵਾਫਦ ਨੂੰ ਦਿੱਤੇ ਕਿਉਂਕਿ ਡਿਪਟੀ ਡਿਫੈਂਸ ਮਿਨਿਸਟਰ ਆਫ ਇੰਡੀਆ ਵੀ ਨਾਲ ਸੀ ਜੋ ਕਿ ਮਜੀਠੀਆਪੁਰਖਾ ਸੁਰਜੀਤ ਸਿੰਘ ਮਜੀਠੀਆ ਜੀ ਕਾਨੂੰਨ ਮੁਤਾਬਕ ਉਹ ਘੋੜੇ ਮੀਰਟ ਪੁੱਜਣੇ ਚਾਹੀਦੇ ਸੀ ਕਿਉਂਕਿ ਮੀਰਟ 'ਚ ਭਾਰਤ ਦੀ ਫੌਜ ਇਸਤੇਮਾਲ ਕਰਨ ਲਈ ਜਾਨਵਰਾਂ ਦੀ ਟ੍ਰੇਨਿੰਗ ਹੁੰਦੀ ਹੈ ਪਰ 2 ਮਹੀਨੇ ਬਾਅਦ ਉਹ ਅਰਬੀ ਰਾਜੇ ਨੇ ਅੰਬੈਸੀ 'ਚ ਫੋਨ ਕਰਕੇ ਪੁੱਛਿਆ ਕਿ ਘੋੜੇ ਕਿਵੇਂ ਹਨ ਇਸ ਉੱਤੇ ਜਦੋਂ ਅਧਿਕਾਰੀ ਮੀਰਟ ਗਏ ਤਾਂ ਉਹਨਾਂ ਨੇ ਦੱਸਿਆ ਕਿ ਇੱਥੇ ਤਾਂ ਘੂੜੇ ਹੀ ਨਹੀਂ ਹਨ ਇਸ ਗੱਲ ਤੇ ਉਸ ਰਾਜੇ ਨੇ ਤਤਕਾਲੀ ਪ੍ਰਧਾਨ ਮੰਤਰੀ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਨੇ ਸੁਰਜੀਤ ਸਿੰਘ ਮਸੀਠੀਆ ਦਾ ਅਸਤੀਫਾ ਮੰਗ ਲਿਆ ਮੋਕ ਮੰਤਰੀ ਨੇ ਕਿਹਾ ਕਿ ਅੱਜ ਵੀ ਜੇਕਰ ਕੋਈ ਸਰਦਾਰ ਵਿਅਕਤੀ ਮੇਰਠ ਚਲਾ ਜਾਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਘੂੜਾ ਚੋਰ ਆ ਗਏ ਮਜੀਠੇ ਦੇ ਪਰਿਵਾਰ ਨੇ ਇਹ ਇੱਜ਼ਤ ਬਣਾਈ ਹੈ ਬਸ ਰਾਂ ਹੀ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਦੀ ਖਬਰ ਬਸ ਵਿੱਚ ਸਫ਼ਰ ਕਰਨ ਵਾਲੀ ਯਾਤਰੀਆਂ ਲਈ ਰਾਤ ਦੀ ਖਬਰ ਹੈ ਦਰਅਸਲ ਬੀਸੀ ਯੂਨੀਅਨ ਨੇ ਪੰਜਾਬ ਪਰ ਵਿੱਚ ਹਾਜਰੀ ਠੱਪ ਕਰਨ ਦਾ ਐਲਾਨ ਕੀਤਾ ਸੀ ਇਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਨ ਬਸ ਪੀਆਰਟੀ ਸਟੈਂਡਟ ਕੰਟਰੈਕਟ ਵਰਕਰਸ ਯੂਨੀਅਨ ਵੱਲੋਂ 1 2 ਦਸੰਬਰ ਨੂੰ ਪੰਜਾਬ ਵਿੱਚ ਸੜਕ ਜਾਮ ਕਰਨਾ ਸੀ ਪਰ ਸਰਕਾਰ ਨੇ ਉਹਨਾਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ ਯੂਨੀਅਨ ਦੇ ਚੰਡੀਗੜ੍ਹ ਡਿੱਪੂ ਦੇ ਮੁਖੀ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਟ੍ਰਾਂਸਪੋਰਟ ਮੰਤਰੀ ਕੈਬਨਿਟ ਸਬਕਮੇਟੀ ਅਤੇ ਪੀਆਰਟੀਸੀ ਚੇਅਰਮੈਨ ਨਾਲ 6 ਦਸੰਬਰ ਨੂੰ ਮੀਟਿੰਗ ਤੈਅ ਕੀਤੀ ਹੈ ਉਸ ਦਾ ਕਹਿਣਾ ਕਿ ਜੇਕਰ ਮੀਟਿੰਗ ਵਿੱਚ ਕੋਈ ਮਸਲਾ ਹੱਲ ਨਾ ਹੋਇਆ ਤਾਂ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਕੇ ਐਲਾਨ ਨਹੀਂ ਜਾਵੇਗੀ ਅਗਲੀ ਖਬਰ ਗੰਨੇ ਦਾ ਰੇਟ ਸਿਰਫ 11 ਰੁਪਏ ਵਧਾਉਣ ਤੋਂ ਪੜ ਕੇ ਕਿਸਾਨ ਮੁਰਕ ਸੜਕ ਤੇ ਲਾਇਆ ਮੋਰਚਾ ਮੁੱਖ ਮੰਤਰੀ ਭਗਵੰਤ ਮਾਨ ਵੱਲ ਗੰਨੇ ਦਾ ਰੇਟ ਸਿਰਫ 11 ਰੁਪਏ ਵਧਾਉਣ ਤੋਂ ਕਿਸਾਨ ਪੜਕ ਗਏ ਹਨ ਕਿਸਾਨਾਂ ਨੇ ਹੁਸ਼ਿਆਰਪੁਰ ਦੇ ਮਕੀਰੀਆਂ ਵਿੱਚ ਗੰਨੇ ਦੇ ਵਧ ਰੇਟ ਦੀ ਮੰਗ ਨੂੰ ਲੈ ਕੇ ਜਲੰਧਰ ਪਠਾਨਕੋਟ ਹਾਈਵੇ ਜਾਮ ਕਰ ਦਿੱਤਾ ਕਿਸਾਨ ਖੰਡ ਮਿਲ ਦੇ ਮੁੱਖ ਗੇਟ ਅੱਗੇ ਬੈਠ ਗਏ ਪ੍ਰਦਰਸ਼ਨ ਕਾਰਨ ਹਾਈਵੇ ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਕਈ ਥਾਵਾਂ ਤੋਂ ਰੂਟ ਮੋੜ ਦਿੱਤੇ ਹਨ ਡੀਸੀ ਕੋਮਲ ਮਿੱਤਲ ਤੇ ਐਸਪੀ ਗਜ਼ਾਨਾ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੰਡ ਮਿਲ ਚਾਲੂ ਨਹੀਂ ਕਰਦੀ ਤਾਂ ਉਹਨਾਂ ਦੀ ਮੰਗਾਂ ਅਨੁਸਾਰ ਗੰਨੇ ਦਾ ਰੇਟ ਨਹੀਂ ਦਿੰਦੀ ਉਹਨਾਂ ਦਾ ਧਰਨਾ ਜਾਰੀ ਰਹੇਗਾ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਪ੍ਰਧਾਨ ਸ਼ਾਮ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਦੀ ਨਾਲ ਕੀਤੇ ਵਾਅਦੇ ਮੁਤਾਬਕ ਗੰਨੇ ਦਾ ਰੇਟ ਘੱਟ ਵਧਾਇਆ ਹੈ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਿਆ ਸੀਮਾ ਸੁਰੱਖਿਆ ਬਲ ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ ਅਦਾਲਤ ਨੇ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੇ ਫੈਸਲੇ ਨੇ ਪੰਜਾਬ ਪੁਲਿਸ ਦੀ ਸ਼ਕਤੀ ਨੂੰ ਘੇਰਿਆ ਨਹੀਂ ਹੈ ਦਰਅਸਲ ਸਾਲ 2021 ਵਿੱਚ ਕੇਂਦਰ ਸਰਕਾਰ ਨੇ ਅੰਤਰਰਾਸ਼ਟਰੀ ਸਰੱਦ ਤੋਂ ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਫੈਸਲਾ ਕੀਤਾ ਸੀ ਦੱਸ ਦਈਏ ਕਿ ਬੀਐਸਐਫ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਰਹੱਦੀ ਖੇਤਰਾਂ ਵਿੱਚ ਤਲਾਸ਼ੀ ਜब्ਤੀ ਅਤੇ ਗ੍ਰਿਫਤਾਰੀ ਦੀ ਕਾਰਵਾਈ ਕਰਨ ਦਾ ਪ੍ਰਬੰਧ ਹੈ ਸਰਕਾਰ ਦੇ ਇਸ ਫੈਸਲੇ ਦਾ ਉਸ ਸਮੇਂ ਪੰਜਾਬ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਵਿਰੋਧ ਕੀਤਾ ਸੀ ਸੋ ਇਹ ਸਾਨਾ ਜਿਦਿਆ ਮੁੱਖ ਖਬਰਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਮਿਲਦੇ ਹਾਂ ਖਬਰਾਂ ਦੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਤਦ ਤੱਕ ਦਿਲੀ ਮਿਹਰਬਾਨੀ ਧੰਨਵਾਦ ਜੀ